ਅੱਜ ਟ੍ਰੈਫਿਕ ਦਫ਼ਤਰ ਅਸੀਂ ਆਏ ਹਾਂ। ਹਰ ਸਾਲ ਦੇ ਵਾਂਗਨ ਇਸ ਸਾਲ ਵੀ ਅਸੀਂ ਬੂਟੇ ਲਗਾਏ ਨੇ। ਬਿਲਕੁਲ ਸਾਡੀ ਮੇਨ ਜਿਹੜਾ ਸਾਡਾ ਸੰਸਥਾ ਦਾ ਇੱਕ ਟੀਚਾ ਹੁੰਦਾ ਹੈ ਕਿ ਸ਼ਹਿਰ ਨੂੰ ਹਰਿਆ ਭਰਿਆ ਕਰਨ ਦਾ, ਉਹਦੇ ਉਪਰਾਲੇ ਤਹਿਤ ਅਸੀਂ ਪਿਛਲੇ ਕਈ ਸਾਲਾਂ ਤੋਂ ਬੂਟੇ ਲਗਾ ਰਹੇ ਹਾਂ। ਜਿਹੜੇ ਦਿਨ ਆਉਂਦੇ ਨੇ, ਇਹਨਾਂ ਦਿਨਾਂ 'ਚ ਬੂਟੇ ਲਗਾਉਣ ਦੇ ਨਾਲ ਬੂਟੇ ਪ੍ਰਫੁੱਲਿਤ ਹੁੰਦੇ ਨੇ ਔਰ ਵੈਸੇ ਵੀ ਹਰਿਆਲੀ ਸ਼ਹਿਰ ਲਈ ਬਹੁਤ ਜ਼ਰੂਰੀ ਹੈ। ਤੁਸੀਂ ਦੇਖ ਸਕਦੇ ਹੋ ਪਿੱਛੇ ਕਿੰਨੇ ਵਰਿਕਸ਼ ਜਾਂ ਬੂਟੇ ਜਾਂ ਕਈ ਕੱਟੇ ਗਏ ਹਨ। ਉਹਦੇ ਹਿਸਾਬ ਦੇ ਨਾਲ ਮੇਰੇ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਐਸੋਸੀਏਸ਼ਨਾਂ ਹੈਗੀਆਂ ਜਾਂ ਜਿਹੜੇ ਵੀ ਲੋਕ ਆਪਣੀ ਸੰਸਥਾ ਚਲਾਉਂਦੇ ਆ, ਅਗਰ 2 ਜਾਂ 5 ਜਾਂ 4 ਬੂਟੇ ਵੀ ਲਗਾਉਣ ਤਾਂ ਦੇਖ ਸਕਦੇ ਸ਼ਹਿਰ ਪੂਰਾ ਹਰਿਆਲੀ 'ਚ ਹੋ ਜਾਂਦਾ। ਅੱਜ ਅਸੀਂ ADCP ਸਾਡੇ ਹਰਪਾਲ ਜੀ, ਟ੍ਰੈਫਿਕ ਦੇ ਜਿਹੜੇ ਜਿਨ੍ਹਾਂ ਨੂੰ ਟ੍ਰੈਫਿਕ ਸੌਂਪੀ ਗਈ ਹੈ ਕਮਿਸ਼ਨਰ ਸਾਹਿਬ ਵੱਲੋਂ, ਮੈਂ ਫਿਰ ਦੁਬਾਰਾ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਇਹੋ ਜਿਹੇ ਅਫਸਰ ਜਿਹੜੇ ਆ ਨਾ ਬਹੁਤ ਅੱਛਾ ਵਰਕ ਕਰਦੇ ਨੇ। ਪਹਿਲਾਂ ਤਾਂ ਉਹਨਾਂ ਨੇ ਟ੍ਰੈਫਿਕ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸ਼ਹਿਰ 'ਚ ਸੁਚਾਰੂ ਰੂਪ 'ਚ ਕੀਤਾ। ਉਸ ਤੋਂ ਬਾਅਦ ਨਾਲ ਪ੍ਰੇਰਿਤ ਕਰਨਾ, ਲੋਕਾਂ ਨੂੰ ਸਮਝਾਉਣਾ, ਐਜੂਕੇਸ਼ਨ ਦੇਣੀ ਕਿ ਤੁਸੀਂ ਟ੍ਰੈਫਿਕ ਦੇ ਰੂਲਾਂ ਨੂੰ ਅਪਣਾਓ ਤਾਂ ਜੋ ਤੁਸੀਂ ਕੋਈ ਵੀ ਮਾੜੀ ਦੁਰਘਟਨਾ ਨਾ ਹੋ ਸਕੇ। ਉਸੇ ਤਰ੍ਹਾਂ ਹੀ ਇਸੇ ਤਹਿਤ ਸਾਡੇ ਨਾਲ ਅੱਜ ਬੂਟੇ ਵਗੈਰਾ ਲਗਾਏ ਨੇ ਉਹਨਾਂ ਨੇ। ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਾ ਸ਼ਹਿਰ ਨੂੰ ਹਰਿਆ ਭਰਿਆ ਕਰਨ ਲਈ ਜਿਹੜੇ ਅੱਛੇ ਅਫਸਰ ਨੇ ਜਿਹੜੇ ਉਹਨਾਂ ਨੂੰ ਨਾਲ ਸਨਮਾਨਿਤ ਕਰੀਏ। ਅੱਜ ਅਸੀਂ ਉਹਨਾਂ ਨੂੰ ਇੱਕ ਬੂਟਾ ਦੇ ਕੇ ਸਨਮਾਨਿਤ ਵੀ ਕੀਤਾ। ਇੱਕ ਬੂਟੇ ਦਾ ਮਤਲਬ ਇੱਕ ਬੂਟਾ ਨਹੀਂ ਹੈ। ਅਗਰ ਅਸੀਂ ਜਿੰਨੇ ਵੀ ਲੋਕ ਅੰਮ੍ਰਿਤਸਰ ਸ਼ਹਿਰ ਵਾਸੀ ਹਾਂ ਜਾਂ ਜਿਹੜੇ ਲੋਕ ਅਸੀਂ ਸੰਸਥਾਵਾਂ ਚਲਾਉਂਦੇ ਹਾਂ, 4-4, 5-5, 6-6 ਬੂਟੇ ਲਗਾਈਏ, ਦੇਖੋ ਸ਼ਹਿਰ ਕਿੰਨਾ ਹਰਿਆ ਭਰਿਆ ਹੋ ਜਾਏਗਾ। ਨਹੀਂ, ਬੂਟੇ ਲਗਾ ਦਿੰਦੀਆਂ ਨੇ ਸੰਸਥਾਵਾਂ, ਉਹ ਤੋਂ ਬਾਅਦ ਸਾਂਭ ਸੰਭਾਲ ਦੀ ਕੀ ਲੈਣਾ? ਦੇਖੋ ਅੱਜ ਟ੍ਰੈਫਿਕ ਦਫ਼ਤਰ ਲੱਗੀ ਹੈ, ਇਹਨਾਂ ਦੇ ਖੁਦ ਜਿਹੜੇ ASI ਸਾਹਿਬ ਨੇ, ਇੱਕ ਇੱਥੇ 2 ਜਣਿਆਂ ਦੀ ਦੇਖ ਰੇਖ 'ਚ ਦੇਖਿਆ ਜਾਂਦਾ, ਨਾਲ ਪਾਣੀ ਵਗੈਰਾ ਦਿੱਤਾ ਜਾਂਦਾ, ਉਹਨੂੰ ਸੰਭਾਲਿਆ ਜਾਂਦਾ। ਤੁਸੀਂ ਇਹ ਬੂਟੇ ਦੇਖੋ ਜਿਹੜੇ ਲੱਗੇ ਨੇ, ਇਹ ਸਾਰੇ ਬੂਟੇ ਸਾਡੀ ਸੰਸਥਾ ਵੱਲੋਂ ਲੱਗੇ ਸੀ। ਅੱਜ ਉਹੀ ਬੂਟੇ ਜਦੋਂ ਵੱਡੇ ਹੁੰਦੇ, ਜਿਸ ਤਰ੍ਹਾਂ ਬੱਚਾ ਵੱਡਾ ਹੁੰਦਾ ਨਾ, ਉਸ ਤਰ੍ਹਾਂ ਮਨ ਖੁਸ਼ ਹੁੰਦਾ, ਇਹ ਚੀਜ਼ ਦੇਖ ਕੇ ਇੰਨਾ ਮਨ ਖੁਸ਼ ਹੁੰਦਾ। ਇਸੇ ਚੀਜ਼ ਤੋਂ ਪ੍ਰੇਰਿਤ ਹੋ ਕੇ ਦਿਲ ਕੀਤਾ ਕਿ ਨਹੀਂ ਹੁਣ ਇੱਥੇ ਨਾ ਅਸੀਂ ਫੁੱਲਾਂ ਵਾਲੇ ਬੂਟੇ ਵੀ ਲਗਾਈਏ ਤਾਂ ਜੋ ਜਿਹੜੇ ਲੋਕ ਇੱਥੇ ਆਉਣ ਉਹਨਾਂ ਨੂੰ ਅੱਛੀ ਖੁਸ਼ਬੂ ਆਏ ਔਰ ਅੱਛਾ ਸੁਨੇਹਾ ਲੋਕਾਂ 'ਚ ਜਾਏ ਕਿ ਆਕਸੀਜਨ ਲੋਕਾਂ ਲਈ ਬਹੁਤ ਜ਼ਰੂਰੀ ਸੀ। ਕੁਛ ਸਮਾਂ ਪਹਿਲਾਂ ਤਾਂ ਦੇਖਿਆ ਸੀ ਕਿ ਆਕਸੀਜਨ ਖਰੀਦਣੀ ਪਈ ਸੀ, ਆਹ ਸਾਨੂੰ ਫ੍ਰੀ ਦਿੰਦੇ ਨੇ, ਅਸੀਂ ਕਿਉਂ ਨਾ। ਇੱਕ ਬੂਟਾ ਕਿੰਨੇ ਦਾ ਹੈਗਾ? ਮੇਰੇ ਖਿਆਲ 'ਚ ਕੋਈ ਐਡੀ ਵੱਡੀ ਗੱਲ ਨਹੀਂ ਹੈ। ਅਸੀਂ ਪਿਛਲੇ ਸਾਲ ਟ੍ਰੈਫਿਕ ਦਫ਼ਤਰ, ਹੋਰ ਕਈ ਜਗ੍ਹਾ 'ਤੇ DCP ਸਾਹਿਬ ਦੇ ਆਫਿਸ ਵੀ ਬੂਟੇ ਲਗਾਏ ਸੀ। ਅੱਜ ਅਸੀਂ ਸ਼ੁਰੂਆਤ ਕੀਤੀ ਹੈ ਇੱਥੋਂ ਆਪਣੇ ਟ੍ਰੈਫਿਕ ਦਫ਼ਤਰ ਤੋਂ ਤਾਂ ਜੋ ਲੋਕਾਂ ਨੂੰ ਪ੍ਰੇਰਿਤ ਕਰੀਏ ਔਰ ਹਰਿਆਲੀ ਦੇਖ ਕੇ ਤੁਹਾਡਾ ਮਨ ਵੀ ਖੁਸ਼ ਹੋਏਗਾ। ਤੁਸੀਂ ਆ ਕੇ ਬੈਠੋਗੇ, ਪਿਛਲੇ ਪਾਸੇ ਅਸੀਂ ਬੂਟੇ ਲਗਾਏ ਸੀ ਜਿਹੜੇ ਫਲਦਾਰ ਸੀ, ਉਹ ਹੁਣ ਕਾਫੀ ਵੱਡੇ ਹੋ ਰਹੇ ਨੇ, ਸਾਲ ਹੋ ਗਿਆ ਲਗਾਇਆ ਉਹਨਾਂ ਨੂੰ, ਦੇਖ ਕੇ ਬੜਾ ਮਨ ਖੁਸ਼ ਹੁੰਦਾ। ਬਿਲਕੁਲ ਜਿਹੜੇ ਬੂਟੇ ਲਗਾਏ ਗਏ ਨੇ, ਅੱਜ ਜੋ ਇਹ ਜਿਹੜੀ ਟ੍ਰੈਫਿਕ ਪੁਲਿਸ ਲਾਈਨ ਹੈ ਇਹਦੇ ਵਿੱਚ ਪਹਿਲਾਂ ਵੀ ਜਿਹੜੀ ਫਰੈਂਡਸ ਜਿਹੜੀ ਕਲੱਬ ਇਹਨਾਂ ਵੱਲੋਂ ਸਾਡੇ ਇੱਥੇ ਬੂਟੇ ਲਾ ਕੇ ਇਹਨੂੰ ਹਰਾ ਭਰਾ ਬਣਾਇਆ ਗਿਆ ਸੀ। ਅੱਜ ਦੁਬਾਰਾ ਇਸੇ ਫਰੈਂਡਸ ਕਲੱਬ ਵੱਲੋਂ ਮਿਸਟਰ ਗਿੰਨੀ ਜੀ ਨੇ ਅੱਜ ਗੁਲਾਬ ਦੇ ਬੂਟੇ ਲਿਆਂਦੇ ਨੇ, ਇਹਨਾਂ ਦੇ ਸਹਿਯੋਗ ਸਦਕਾ ਅਸੀਂ ਇੱਥੇ ਨੂੰ ਬੂਟੇ ਜਿਹੜੇ ਲਾਏ ਨੇ ਤਾਂ ਜੋ ਇਹ ਜਿਹੜੀ ਟ੍ਰੈਫਿਕ ਪੁਲਿਸ ਲਾਈਨ ਹਰੀ ਭਰੀ ਹੋਵੇ, ਖੁਸ਼ਬੂਦਾਰ ਹੋਵੇ। ਜਿਹੜੇ ਇੱਥੇ ਲੋਕ ਆਉਂਦੇ ਨੇ, ਕੋਈ ਕਿਸੇ ਦਾ ਕਈ ਵਾਰ ਅਸੀਂ ਚਲਾਨ ਕਰਦੇ ਹਾਂ, ਵਹੀਕਲ ਲੈਣ ਆਉਂਦੇ ਆ, ਉਹ ਆਣ ਕੇ ਜਿਹੜੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਵਾਤਾਵਰਨ ਜਿਹੜਾ ਮਾਹੌਲ ਉਹ ਖੁਸ਼ਗਵਾਰ ਮਿਲੇ, ਇਸ ਕਰਕੇ ਇਸ ਨੂੰ ਹਰਿਆ ਭਰਿਆ ਬਣਾ ਰਹੇ ਹਾਂ। ਅਸੀਂ ਸਾਡਾ ਮੇਨ ਸਾਡਾ ਟ੍ਰੈਫਿਕ ਸੁਚਾਰੂ ਢੰਗ ਚਲਾਉਣ ਦਾ ਮੇਨ ਮਕਸਦ ਇਹੀ ਆ ਅਤੇ ਲੋਕਾਂ ਨੂੰ ਜਿਹੜਾ ਇੱਥੇ ਜਿਹੜੀ ਅਵੇਅਰਨੈਸ ਕਰਨ ਵਾਸਤੇ ਆਟੋ ਵਾਲਿਆਂ ਨੂੰ ਡਰਾਈਵਰਾਂ ਨੂੰ ਇੱਥੇ ਬਾਰ ਬਾਰ ਬੁਲਾ ਕੇ ਅਸੀਂ ਇੱਥੇ ਉਹਨਾਂ ਨੂੰ ਐਜੂਕੇਸ਼ਨ ਕਰਦੇ ਹਾਂ। ਵਾਤਾਵਰਨ ਦੀ ਸੰਭਾਲ ਲਈ ਕੀ ਕਹਿਣਾ ਜੀ? ਵਾਤਾਵਰਨ ਜੀ, ਵੇਖੋ ਜੀ, ਅਸੀਂ ਸਾਰੇ ਭੈਣ ਭਰਾ ਨੂੰ ਇਹ ਕਹਿੰਦੇ ਹਾਂ ਕਿ ਜਿਹੜਾ ਵਾਤਾਵਰਨ ਆ, ਸਾਨੂੰ ਆਕਸੀਜਨ ਦੀ ਬੜੀ ਲੋੜ ਆ, ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ। ਹਰ ਆਦਮੀ ਨੂੰ ਹਰ ਸਾਲ ਜ਼ਰੂਰ 2-4 ਬੂਟੇ ਲਾ ਕੇ ਉਹਨਾਂ ਦੀ ਲਾਉਣਾ ਹੀ ਨਹੀਂ, ਉਹਨਾਂ ਦੀ ਪਰਵਰਿਸ਼ ਕਰਨੀ ਵੀ ਜਿਹੜੀ ਜ਼ਰੂਰੀ ਆ ਤਾਂ ਜੋ ਸਾਡਾ ਵਾਤਾਵਰਨ ਜਿਹੜਾ ਸਾਫ਼ ਸੁਥਰਾ ਰਹੇ। ਥੈਂਕ ਯੂ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।